ਹੈਲੋ ਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬੀ ਡਿਸ਼ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਚਨਾ ਦਾਲ ਬਣਾਉਣੀ ਜੀ ਆਪਾਂ ਬਹੁਤ ਹੀ ਟੇਸਟੀ ਬਣਦੀ ਇਸ ਤਰੀਕੇ ਦੇ ਨਾਲ ਤੁਸੀਂ ਇੱਕ ਵਾਰੀ ਬਣਾਉਂਗੇ ਤਾਂ ਬਹੁਤ ਹੀ ਟੇਸਟੀ ਦਾਲ ਇਹ ਬਣ ਕੇ ਤਿਆਰ ਹੁੰਦੀ ਆ ਤੇ ਵੀਡੀਓ ਨੂੰ ਪੂਰੀ ਦੇਖਿਓ ਜੀ ਵੀਡੀਓ ਨੂੰ ਸਕਿੱਪ ਨਾ ਕਰਿਓ ਤਾਂ ਹੀ ਆਪਾਂ ਨੂੰ ਪੂਰਾ ਪਤਾ ਲੱਗਦਾ ਆ ਦੇਖੋ ਕੁੱਕਰ 'ਚ ਆਪਾਂ ਪਾਣੀ ਰੱਖ ਦਿੱਤਾ ਤੇ ਦਾਲ ਜਿਹੜੀ ਇੱਕ ਕੌਲੀ 'ਚ ਲਈ ਆ ਧੋ ਲਈ ਆ ਚੰਗੀ ਤਰ੍ਹਾਂ ਧੋ ਕੇ ਤੇ ਆਪਾਂ ਪਾਣੀ ਦੇ ਵਿੱਚ ਪਾ ਦਿੱਤੀ ਆ ਬਿਲਕੁਲ ਸੌਖੇ ਜਾਂ ਸਿੰਪਲ ਜਿਹੇ ਤਰੀਕੇ ਦੇ ਨਾਲ ਆਪਾਂ ਦਾਲ ਜਿਹੜੀ ਜਿਹੜੀ ਆਪਾਂ ਰੈਸਟੋਰੈਂਟ ਵਿੱਚ ਖਾਂਦੇ ਨਾ ਉਹ ਦਾਲ ਆਪਾਂ ਉਦਾਂ ਦੀ ਤਿਆਰ ਕਰ ਲੈਣੀ ਹਰੀ ਮਿਰਚ ਪਾਤੀ ਨਮਕ ਪਾਤਾ ਥੋੜੀ ਜਿਹੀ ਹਲਦੀ ਪਾ ਦਨੇ ਆ ਜਿੰਨੇ ਕ ਆਪਾਂ ਦਾਲ ਦੇ ਵਿੱਚ ਜ਼ਰੂਰ ਥੋੜੀ ਜਿਹੀ ਘੱਟ ਪਾਈ ਆ ਆਪਾਂ ਹਲਦੀ ਜੋ ਕੋਈ ਤੜਕੇ ਵੀ ਥੋੜੀ ਜਿਹੀ ਪਾਉਣੀ ਆ ਆਪਾਂ ਮਿਕਸ ਕਰ ਦਨੇ ਕਰਕੇ ਇਹਦੀ ਆ ਦਾਲ ਰਿਜਣ ਲੱਗ ਗਈ ਆ ਤੇ ਢੱਕਣ ਬੰਦ ਕਰ ਦਨੇ ਆ ਤਿੰਨ ਚਾਰ ਇਹਨੂੰ ਆਪਾਂ ਸੀਟੀਆਂ ਲਵਾਉਣੀਆਂ ਆ ਤੇ ਦਾਲ ਦੇ ਹਿਸਾਬ ਦੇ ਨਾਲ ਪਾਣੀ ਆਪਾਂ ਰੱਖ ਸਕਦੇ ਆ ਵੱਧ ਘੱਟ ਜਿੰਨੀ ਵੀ ਦਾਲ ਆਪਾਂ ਬਣਾਉਣੀ ਆ ਉਸ ਹਿਸਾਬ ਦੇ ਨਾਲ ਆਪਾਂ ਪਾਣੀ ਪਾ ਲੈਣਾ ਉਸ ਹਿਸਾਬ ਨਾਲ ਆਪਾਂ ਨਮਕ ਵਿੱਚ ਪਾ ਲੈਣੀ ਆ ਤਿੰਨ ਚਾਰ ਇਹਨੂੰ ਆਪਾਂ ਸੀਟੀਆਂ ਲਵਾ ਲੈਣੀਆਂ ਆ 19 ਦੇਰ ਚ ਆਪਾਂ ਇਹਦੇ ਤੜਕੇ ਦੀ ਤਿਆਰੀ ਕਰ ਲੈਣੇ ਆ ਪਾਲਕ ਪਾ ਕੇ ਤੁਸੀਂ ਚਨਾ ਦਾਲ ਬਣਾਓ ਤੇ ਬਹੁਤ ਹੀ ਟੇਸਟੀ ਇਹ ਬਣਦੀ ਆ ਪਾਲਕ ਆਪਾਂ ਧੋਲੇ ਚੰਗੀ ਤਰ੍ਹਾਂ ਸਾਫ਼ ਕਰ ਲਈ ਕੱਟ ਲਈ ਬਰੀਕ ਬਰੀਕ ਇੱਧਰ ਕੜਾਹੀ ਰੱਖੀ ਤੇਲ ਪਾਤਾ ਜੀਰਾ ਪਾਇਆ ਤਾਂ ਥੋੜਾ ਜਿਹਾ ਤੜਕਾ ਤਿਆਰ ਆਪਾਂ ਜੱ ਤੇ ਕਰ ਲੈਣਾ ਜਦੋਂ ਤੱਕ ਆਪਣੀ ਦਾਲ ਜਿਹੜੀ ਬਣ ਜਾਣੀ ਆ ਉਦੋਂ ਤੱਕ ਆਪਾਂ ਤੜਕਾ ਤਿਆਰ ਕਰ ਲੈਣਾ ਲਸਣ ਤੇ ਅਦਰਕ ਪਹਿਲਾਂ ਆਪਾਂ ਜੀਰਾ ਪਾਇਆ ਲਸਣ ਅਦਰਕ ਕੱਟ ਕੇ ਪਾਇਆ ਮੈਂ ਇਹਦੇ ਵਿੱਚ ਕੱਟ ਕੇ ਪਾਵਾਂਗੇ ਆਪਾਂ ਤੜਕਾ ਜਿਹੜਾ ਆ ਤੇ ਬਹੁਤ ਹੀ ਟੇਸਟੀ ਇਹ ਲੱਗਦਾ ਜਦੋਂ ਵੀ ਆਪਾਂ ਦਾਲ ਕੋ ਬਣਾਨੇ ਲਸਣ ਅਦਰਕ ਨੂੰ ਲਾਲ ਕਰ ਲਓ ਇਹਨ ਕੱਚਾ ਬਿਲਕੁਲ ਨਾ ਰੱਖੋ ਲਾਲ ਕਰ ਲਓ ਲਸਣ ਅਦਰਕ ਨੂੰ ਬਹੁਤ ਹੀ ਟੇਸਟੀ ਦਾਲ ਬਣ ਕੇ ਤਿਆਰ ਹੁੰਦੀ ਆ ਪਿਆਜ਼ ਪਾ ਦਤਾ ਹਾਂ ਦੋ ਤਿੰਨ ਪਿਆਜ਼ ਕੱਟ ਲੈ ਸੀ ਆਪਾਂ ਬਰੀਕ ਬਰੀਕ ਉਹ ਪਾ ਦਤੇ ਇਹਨੂੰ ਵੀ ਆਪਾਂ ਲਾਲ ਕਰ ਲੈਨੇ ਭੁੰਨ ਲੈਨੇ ਚੰਗੀ ਤਰ੍ਹਾਂ ਇਸ ਤਰੀਕੇ ਦੇ ਨਾਲ ਇੱਕ ਵਾਰੀ ਤੁਸੀਂ ਦਾਲ ਬਣਾ ਕੇ ਦੇਖੋਗੇ ਦਾਲ ਤਾਂ ਆਪਾਂ ਸਾਰੇ ਬਣਾਨੇ ਆ ਤੇ ਪਰ ਇਹ ਮੇਰੇ ਤਰੀਕੇ ਦੇ ਨਾਲ ਤੁਸੀਂ ਇੱਕ ਵਾਰੀ ਦਾਲ ਬਣਾ ਕੇ ਦੇਖੋ ਬਹੁਤ ਹੀ ਟੇਸਟੀ ਦਾਲ ਬਣਦੀ ਆ ਇੱਥੇ ਮੇਰੇ ਕੋਲੋ ਕੈਮਰਾ ਆਨ ਜੀ ਨਹੀਂ ਹੋਇਆ ਜੀ ਪਿਆਜ਼ ਜਦੋਂ ਲਾਲ ਹੋਗਾ ਉਹਦੇ ਵਿੱਚ ਮੈਂ ਇੰਨੀ ਕਿ ਜਿਹੜੀ ਕਸ਼ਮੀਰੀ ਲਾਲ ਮਿਰਚ ਪਾਈ ਆ ਤੇ ਥੋੜੀ ਜੀ ਹਲਦੀ ਮੈਂ ਪਾਈ ਉਹ ਵੀ ਮੈਂ ਦਿਖਾ ਦੰਨੀ ਆ ਇੰਨੀ ਕ ਹਲਦੀ ਪਾਈ ਇਹਦੇ ਵਿੱਚ ਥੋੜਾ ਜਿਹਾ ਨਮਕ ਪਾਇਆ ਇੰਨਾ ਕ ਤੇ ਇਹ ਪਾ ਕੇ ਫਿਰ ਮੈਂ ਟਮਾਟਰ ਪਾਏ ਉਹ ਮੇਰੇ ਕੋਲ ਪਤਾ ਨਹੀਂ ਕਿਦਾਂ ਕੈਮਰਾ ਆਨ ਨਹੀਂ ਹੋਇਆ ਆਫ ਰਹਿ ਗਿਆ ਤੇ ਫਿਰ ਮੈਂ ਟਮਾਟਰ ਇਹਦੇ ਵਿੱਚ ਪਾਏ ਸੀ ਜੀ ਤੇ ਹੁਣ ਇਹਨੂੰ ਆਪਾਂ ਟੱਕ ਦਿੰਨੇ ਮਿਕਸ ਕਰਕੇ ਤਾਂ ਕਿ ਟਮਾਟਰ ਆਪਣੇ ਜਿਹੜੇ ਗਲ ਜਾਣ ਚੰਗੀ ਤਰ੍ਹਾਂ ਤੇ ਦੇਖੋ ਇਹ ਜਿਹੜੀ ਲਾਲ ਮਿਰਚ ਜਾਂ ਹਲਦੀ ਆਪਾਂ ਪਾਈ ਇਹਦੇ ਨਾਲ ਕਲਰ ਬਹੁਤ ਵਧੀਆ ਦਾਲ ਦਾ ਬਣ ਜਾਂਦਾ ਹੈ ਇਸ ਕਰਕੇ ਆਪਾਂ ਇਹਦੇ ਵਿੱਚ ਪਿਆਜ਼ ਭੁੰਨ ਕੇ ਥੋੜੀ ਜਿਹੀ ਕਸ਼ਮੀਰੀ ਲਾਲ ਮਿਰਚ ਪਾ ਦਤੀ ਤੇ ਥੋੜੀ ਜਿਹੀ ਹਲਦੀ ਥੋੜਾ ਨਮਕ ਪਾਤਾ ਫਿਰ ਟਮਾਟਰ ਪਾਤੇ ਸੀ ਉਹ ਪੱਕ ਗਏ ਐ ਚੰਗੀ ਤਰ੍ਹਾਂ ਤੇ ਹੁਣ ਆਪਾਂ ਜਿਹੜੀ ਪਾਲਕ ਵਾ ਕੱਟ ਕੇ ਰੱਖੀ ਉਹ ਪਾ ਦਤੀ ਆ ਪਾਲਕ ਤੁਸੀਂ ਜ਼ਿਆਦਾ ਪਸੰਦ ਕਰਦੇ ਜ਼ਿਆਦਾ ਵੀ ਪਾ ਸਕਦੇ ਮੈਂ ਦਾਲ ਥੋੜੀ ਬਣਾਈ ਇਸ ਕਰਕੇ ਮੈਂ ਇੰਨੀ ਕ ਪਾਲਕ ਪਾਈ ਆ ਤੇ ਜ਼ਿਆਦਾ ਵੀ ਪਾ ਸਕਦੇ ਆ ਆਪਾਂ ਤੇ ਪਾਲਕ ਨੂੰ ਵੀ ਆਪਾਂ ਮਿਕਸ ਕਰਕੇ ਢੱਕ ਦਨੇ ਜਰਕ ਇਹ ਵੀ ਥੋੜੀ ਜਿਹੀ ਪੱਕ ਜਾਊਗੀ ਤੇ ਦਾਲ ਆਪਣੀ ਜਿਹੜੀ ਉਧਰ 10 ਮਿੰਟ ਰ ਆਪਾਂ ਕੁੱਕਰ ਖੋਲ ਕੇ ਉਹ ਦੇਖ ਲੈਣੀ ਆ ਦਾਲ ਆਪਣੀ ਜਿਹੜੀ ਐਨ ਪੱਕ ਗਈ ਹੋ ਜੀ ਤੇ ਮੈਂ ਕੁੱਕਰ ਢੱਕਣ ਖੋਲ ਕੇ ਦੇਖ ਲਿਆ ਤੇ ਇਧਰ ਆਪਣਾ ਜਿਹੜਾ ਤੜਕਾ ਆ ਉਹ ਵੀ ਐਨ ਤਿਆਰ ਹੋ ਗਿਆ ਆ ਤੇ ਦੇਖੋ ਜੀ ਹੁਣ ਆਪਾਂ ਇਹਦੇ ਵਿੱਚ ਦਾਲ ਜਿਹੜੀ ਉਹ ਪਾ ਦੇਣੀ ਆ ਤੜਕਾ ਆਪਣਾ ਐਨ ਤਿਆਰ ਹੋ ਗਿਆ ਜੀ ਪੁੱਜ ਗਿਆ ਟਮਾਟਰ ਹਨ ਫੇਧੰਨੇ ਜਿਹੜੇ ਥੋੜੇ ਬਹੁਤ ਵਿੱਚ ਰਹਿੰਦੇ ਆ ਇਸ ਤਰੀਕੇ ਦੇ ਨਾਲ ਤੁਸੀਂ ਇੱਕ ਵਾਰੀ ਚਨਾ ਦਾਲ ਬਣਾ ਕੇ ਦੇਖੋ ਜਿਹੜਾ ਨਹੀਂ ਵੀ ਪਸੰਦ ਕਰਦਾ ਉਹ ਵੀ ਪਸੰਦ ਕਰੂਗਾ ਕੋਸ਼ਿਸ਼ ਮੇਰੀ ਹੁੰਦੀ ਵੀਡੀਓ ਛੋਟੀ ਰੱਖਣੇ ਦੀ ਤੇ ਸੌਖੇ ਤਰੀਕੇ ਨਾਲ ਵੀਡੀਓ ਬਣਾਉਣ ਦੀ ਤੇ ਤੁਸੀਂ سپورਟ ਕਰੋ ਮੇਰੇ ਚੈਨਲ ਨੂੰ ਤੁਹਾਡੀ سپورਟ ਦੀ ਮੈਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ ਦੇਖੋ ਮੈਂ ਥੋੜੀ ਜਿਹੀ ਦਾਲ ਬਣਾਉਣੀ ਸੀ ਇਸ ਕਰਕੇ ਮੈਂ ਪਾਲਕ ਥੋੜੀ ਪਾਈ ਆ ਤੁਸੀਂ ਜ਼ਿਆਦਾ ਦਾਲ ਬਣਾਉਣੀ ਤਾਂ ਪਾਲਕ ਤੇ ਤੜਕਾ ਜਿਹੜਾ ਹੈ ਜ਼ਿਆਦਾ ਪਾ ਲਓ ਤੇ ਦੇਖੋ ਜੀ ਆਪਣੀ ਜਿਹੜੀ ਦਾਲ ਵਾ ਮੈਂ ਪਾ ਦਿੱਤੀ ਆ ਤੜਕੇ ਦੇ ਵਿੱਚ ਬਹੁਤ ਵਧੀਆ ਦਾਲ ਆਪਣੀ ਤਿਆਰ ਹੋ ਗਈ ਹਾਲੇ ਆਪਾਂ ਇਹਨੂੰ ਇੱਕ ਪ੍ਰੋਸੈਸ ਅੱਗੇ ਆਪਾਂ ਹੋਰ ਕਰਨਾ ਹੈ ਤੇ ਅੱਗੇ ਮੈਂ ਉਹ ਵੀ ਦਿਖਾਨੀ ਆ ਤੁਹਾਨੂੰ ਹੁਣ ਆਪਾਂ ਇਹਨੂੰ ਮਿਕਸ ਕਰਕੇ ਚੰਗੀ ਤਰ੍ਹਾਂ ਤੇ ਟੱਕ ਦੰਨੇ ਆ ਜਿਹੜਾ ਮਿਕਸ ਕਰ ਦੰਨੇ ਆ ਜੀ ਦਾਲ ਨੂੰ ਦਾਲ ਆਪਣੀ ਬਣੀ ਉਹ ਤਾਂ ਹੈਗੀ ਆ ਤੇ ਦੇਖੋ ਕਿੰਨੀ ਵਧੀਆ ਦੇਖਣ ਨੂੰ ਦਾਲ ਆਪਣੀ ਲੱਗਦੀ ਆ ਤੇ ਹੁਣ ਆਪਾਂ ਇੱਕ ਇੱਕ ਹੋਰ ਤੜਕਾ ਇਹਨੂੰ ਲਾਣਾ ਆ ਦਾਲ ਨੂੰ ਤੇ ਉਹਦੇ ਨਾਲ ਦਾਲ ਦੀ ਲੁੱਕ ਬਹੁਤ ਵਧੀਆ ਬਣਦੀ ਟੇਸਟ ਬਹੁਤ ਵਧੀਆ ਬਣਦਾ ਇਹ ਮੇਂ ਦੇਸੀ ਘਿਓ ਪਾਇਆ ਵੱਡਾ ਇੱਕ ਚਮਚ ਜਿਹੜਾ ਦੇਸੀ ਘਿਓ ਪਾਇਆ ਥੋੜਾ ਜਿਹਾ ਜੀਰਾ ਪਾ ਦੰਨੇ ਆ ਜੀਰੇ ਨੂੰ ਸੇਕ ਲਵਾ ਕੇ ਮੈਂ ਦੇਖੋ ਜੀ ਜੀਰਾ ਪਾ ਦਿੱਤਾ ਆਪਾਂ ਜੀਰੇ ਨੂੰ ਪਹਿਲਾਂ ਸੇਕ ਕੱਲੇ ਨੂੰ ਲਵਾ ਲੈਣੇ ਆ ਜੀਰਾ ਆਪਣਾ ਐਨ ਤੜਕ ਗਿਆ ਸੀ ਇਹ ਲੰਬੇ ਲੰਬੇ ਜਿਹੜੇ ਪੀਸਾਂ ਦੇ ਵਿੱਚ ਮੈਂ ਅਦਰਕ ਕੱਟਿਆ ਜੀ ਅਦਰਕ ਲੰਬੇ ਲੰਬੇ ਪੀਸਾਂ ਚ ਕੱਟਿਆ ਪਹਿਲਾਂ ਆਪਾਂ ਉਦਾਂ ਵੀ ਪਾਇਆ ਲਸਣ ਅਦਰਕ ਤੇ ਥੋੜਾ ਜਿਹਾ ਅਦਰਕ ਮੈਂ ਲੰਬੇ ਲੰਬੇ ਪੀਸ ਕੱਟੇ ਇਹਨੂੰ ਵੀ ਲਾਲ ਕਰ ਲੈਣਾ ਆਪਾਂ ਚੰਗੀ ਤਰ੍ਹਾਂ ਤੇ ਜਦ ਤੱਕ ਇਹ ਲਾਲ ਹੁੰਦਾ ਆਪਾਂ ਦਾਲ ਜਿਹੜੀ ਆ ਡੋਂਗੇ ਦੇ ਵਿੱਚ ਪਾ ਲੈਣੇ ਆ ਪਾ ਕੇ ਤੇ ਫਿਰ ਇਹ ਤੜਕਾ ਉੱਪਰ ਇਹਦੇ ਪਾ ਕੇ ਤੇ ਮੈਂ ਤੁਹਾਨੂੰ ਦਿਖਾ ਲਦੀ ਦੇਖੋ ਕਿੰਨੀ ਵਧੀਆ ਦਾਲ ਦੇਖਣ ਨੂੰ ਦੇਖੋ ਜੀ ਦਾਲ ਆਪਣੀ ਐਨ ਰਲ ਗਈ ਉਹ ਆ ਘੁਲ ਗਈ ਆ ਦੇਖਣ ਨੂੰ ਕਿੰਨੀ ਵਧੀਆ ਲੱਗਦੀ ਹੈ ਜਿਹੜਾ ਆਪਾਂ ਜੀਰਾ ਤੇ ਅਦਰਕ ਤੜਕਿਆ ਆ ਅਦਰਕ ਨੂੰ ਆਪਾਂ ਲਾਲ ਕਰ ਲਿਆ ਸੀ ਉਹ ਆਪਾਂ ਉੱਪਰ ਇਹਦੇ ਪਾ ਦਿੱਤਾ ਆ ਬਹੁਤ ਵਧੀਆ ਦਾਲ ਦੇਖਣ ਨੂੰ ਲੱਗਦੀ স্মੈਲ ਬੜੀ ਵਧੀਆ ਆਂਦੀ ਆ ਤੇ ਖਾਣ ਨੂੰ ਵੀ ਇਹ ਇੰਨੀ ਟੇਸਟੀ ਇੱਕ ਵਾਰੀ ਜ਼ਰੂਰ ਇਦਾਂ ਦਾਲ ਤੁਸੀਂ ਟਰਾਈ ਕਰਿਓ ਜੀ ਮੇਰੇ ਤਰੀਕੇ ਦੇ ਨਾਲ ਤੇ ਫਿਰ ਮੈਨੂੰ ਕਮੈਂਟ ਕਰਕੇ ਦੱਸਿਓ ਤੁਹਾਡੀ ਦਾਲ ਜਿਹੜੀ ਮੇਰੇ ਤਰੀਕੇ ਦੇ ਨਾਲ ਬਣਾਈਓ ਕਿੱਦਾਂ ਦੀ ਲੱਗੀ ਆ ਵੀਡੀਓ ਮੈਂ ਸਿੰਪਲ ਰੱਖਣ ਦੀ ਕੋਸ਼ਿਸ਼ ਕਰਦੀ ਹੁੰਦੀ ਆ ਜਿਹੜੇ ਨਵੇਂ ਵੀਵਰ ਜੁੜਦੇ ਆ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰਕੇ ਦੱਸਿਆ ਕਰੋ ਸਪੋਰਟ ਕਰੋ ਜੀ ਚੈਨਲ ਨੂੰ ਤੁਹਾਡੀ ਸਪੋਰਟ ਦੀ ਮੈਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ ਵੀਡੀਓ ਦੇਖਣੇ ਧੰਨਵਾਦ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ